ਜਦੋਂ ਅਸੀਂ ਸਾਰੇ ਫੋਕ ਸਿੰਗਿੰਗ ਨੂੰ ਪਿਆਰ ਵੀ ਕਰਦੇ ਸੀ ਤੇ ਫੋਕ ਸਿੰਗਰਸ ਕਈ ਆਪਣੇ ਸੁਪਰ ਹਿੱਟ ਗਾਣੇ ਰਿਲੀਜ਼ ਕਰਦੇ ਸੀ ਤੇ ਅਸੀਂ ਸਾਰੇ ਫੋਕ ਸਿੰਗਿੰਗ ਨੂੰ ਖੂਬ ਇੰਜੋਏ ਕਰਦੇ ਸੀ ਤੇ ਹੁਣ ਸਾਡੀ ਪੰਜਾਬੀ ਇੰਡਸਟਰੀ ਵਿੱਚ ਅਜਿਹੇ ਹੀ ਸਿੰਗਰ ਨੇ ਜਿਨ੍ਹਾਂ ਦੀ ਆਵਾਜ਼ ਕਾਫੀ ਬੁਲੰਦ ਹੈ ਤੇ ਉਹਨਾਂ ਦੇ ਗਾਏ ਹੋਏ ਫੋਕ ਗਾਣਿਆਂ ਨੂੰ ਅਸੀਂ ਸਾਰੇ ਹੁਣ ਤੱਕ ਇੰਜੋਏ ਕਰਦੇ ਹਾਂ ਤੇ ਸੁਣਦੇ ਵੀ ਹਾਂ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਰਣਜੀਤ ਬਾਵਾ ਦੀ। ਰਣਜੀਤ ਬਾਵਾ ਦੀ ਆਵਾਜ਼ ਵਿੱਚ ਜਿੰਨੀ ਮਿਠਾਸ ਹੈ ਤੇ ਜਿੰਨੀ ਬੁਲੰਦ ਉਹਨਾਂ ਦੀ ਆਵਾਜ਼ ਹੈ, ਅਸੀਂ ਉਹਨਾਂ ਦੇ ਫੋਕ ਗੀਤਾਂ ਨੂੰ ਹਮੇਸ਼ਾ ਹੀ ਐਪਰੀਸ਼ੀਏਟ ਕੀਤਾ ਹੈ ਤੇ ਸੁਣਿਆ ਵੀ ਹੈ। ਤੇ ਹੁਣ ਰਣਜੀਤ ਬਾਵਾ ਸਾਨੂੰ ਸਾਰਿਆਂ ਨੂੰ ਖੁਸ਼ ਕਰਨ ਲਈ ਆਪਣਾ ਇੱਕ ਨਵਾਂ ਗਾਣਾ ਰਿਲੀਜ਼ ਕਰਨ ਜਾ ਰਹੇ ਨੇ, ਜਿਸ ਗਾਣੇ ਦਾ ਟਾਈਟਲ ਹੈ ਮਾਹੀਆ। ਇਸ ਗਾਣੇ ਦੇ ਟਾਈਟਲ ਨੂੰ ਸੁਣ ਕੇ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਵਾਂਗ ਤੁਹਾਨੂੰ ਸਾਰਿਆਂ ਨੂੰ ਵੀ ਲੱਗਿਆ ਹੋਣਾ ਹੈ ਕਿ ਇਹ ਇੱਕ ਫੋਕ ਗੀਤ ਹੋਣ ਵਾਲਾ ਹੈ। ਬਾਕੀ ਹੁਣ ਮਾਹੀਆ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਇੱਕ ਫੋਕ ਗੀਤ ਸੀ ਜਾਂ ਫਿਰ ਨਹੀਂ। ਇਸ ਗਾਣੇ ਬਾਰੇ ਆਪਾਂ ਹੋਰ ਵੀ ਗੱਲਾਂ ਕਰਾਂਗੇ, ਪਹਿਲਾਂ ਤੁਸੀਂ ਚੈੱਕ ਕਰ ਲਓ ਇਸ ਗਾਣੇ ਦੇ ਅਫੀਸ਼ੀਅਲ ਪੋਸਟਰ ਨੂੰ। ਇਸ ਗਾਣੇ ਨੂੰ ਲਿਖਿਆ ਗਿਆ ਹੈ ਲਵੀ ਟਿੱਬੀ ਵੱਲੋਂ ਤੇ ਉੱਥੇ ਇਸ ਗਾਣੇ ਨੂੰ 뮤직 ਦਿੱਤਾ ਹੈ ਪਵਨੀਤ ਵਿਰਗੀ ਨੇ। ਤੁਹਾਨੂੰ ਮੈਂ ਦੱਸ ਦਵਾਂ ਕਿ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ ਸਟਾਲਿਨ ਵੀਰ ਵੱਲੋਂ ਤੇ ਇਸ ਗਾਣੇ ਦੀ ਰਿਲੀਜ਼ਿੰਗ ਡੇਟ ਹਾਲੇ ਤੱਕ ਤੇ ਸਾਡੇ ਨਾਲ ਸ਼ੇਅਰ ਨਹੀਂ ਕੀਤੀ ਰਣਜੀਤ ਬਾਵਾ ਨੇ, ਪਰ ਮੈਨੂੰ ਉਮੀਦ ਹੈ ਕਿ ਜਲਦ ਹੀ ਇਹ ਗਾਣਾ ਰਿਲੀਜ਼ ਹੋਵੇਗਾ ਤੇ ਸਾਡੇ ਸਾਰੇ ਵੱਲੋਂ ਖੂਬ ਪਸੰਦ ਵੀ ਕੀਤਾ ਜਾਵੇਗਾ। ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਹੋਇਆਂ ਰਣਜੀਤ ਬਾਵਾ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਉਹਨਾਂ ਦਾ ਫੇਵਰਟ ਗਾਣਾ ਹੈ। ਜੀ ਹਾਂ, ਉਹਨਾਂ ਨੇ ਕਿਹਾ ਕਿ ਮਾਈਆ ਮਾਈ ਫੇਵਰਟ ਟਰੈਕ ਕਮਿੰਗ ਸੂਨ। ਸੋ ਮੈਨੂੰ ਲੱਗ ਰਿਹਾ ਹੈ ਕਿ ਇਹ ਗਾਣਾ ਸੁਪਰ ਹਿੱਟ ਜਾਣ ਵਾਲਾ ਹੈ, ਕਿਉਂਕਿ ਇਸ ਗਾਣੇ ਦਾ ਟਾਈਟਲ ਵੀ ਥੋੜਾ ਵੱਖਰਾ ਹੈ ਤੇ ਇਸ ਗਾਣੇ ਦਾ ਪੋਸਟਰ ਵੀ ਥੋੜਾ ਯੂਨੀਕ ਜਿਹਾ ਹੈ। ਸੋ ਮੈਨੂੰ ਤੇ ਪੂਰੀ ਉਮੀਦ ਹੈ ਕਿ ਇਹ ਆਉਣ ਵਾਲਾ ਰਣਜੀਤ ਬਾਵਾ ਦਾ ਗਾਣਾ ਸੁਪਰ ਡੁਪਰ ਹਿੱਟ ਜਾਣ ਵਾਲਾ ਹੈ। ਇਹਦੀ ਹੁਣ ਜੇ ਅਸੀਂ ਗੱਲ ਕਰੀਏ ਰਣਜੀਤ ਬਾਵਾ ਦੀ, ਤੁਹਾਨੂੰ ਮੈਂ ਦੱਸ ਦਵਾਂ ਕਿ ਰਣਜੀਤ ਬਾਵਾ ਨੇ ਜਦੋਂ ਤੋਂ ਸਾਡੀ ਪੰਜਾਬੀ ਇੰਡਸਟਰੀ ਵਿੱਚ ਪੈਰ ਰੱਖੇ ਨੇ, ਉਹਨਾਂ ਦਾ ਹਰ ਇੱਕ ਗਾਣਾ ਸੁਪਰ ਹਿੱਟ ਹੀ ਗਿਆ ਹੈ। ਉਸ ਤੋਂ ਬਾਅਦ ਉਹਨਾਂ ਨੇ ਐਕਟਿੰਗ ਵਿੱਚ ਵੀ ਟਰਾਈ ਕੀਤਾ ਤੇ ਉਹਨਾਂ ਦੀਆਂ ਹੁਣ ਤੱਕ ਦੀਆਂ ਆਈਆਂ ਮੂਵੀਜ਼ ਸਾਰੀਆਂ ਨੂੰ ਹੀ ਅਸੀਂ ਖੂਬ ਪਿਆਰ ਦਿੱਤਾ ਹੈ ਤੇ ਖੂਬ ਇੰਜੋਏ ਵੀ ਕੀਤਾ ਹੈ। ਰੀਸੈਂਟਲੀ ਅਸੀਂ ਸਾਰਿਆਂ ਨੇ ਇੰਜੋਏ ਕੀਤੀ ਸੀ ਉਹਨਾਂ ਦੀ ਮੂਵੀ ਤਾਰਾ ਮੀਰਾ। ਤਾਰਾ ਮੀਰਾ ਮੂਵੀ ਨੂੰ ਪ੍ਰੋਡਿਊਸ ਕੀਤਾ ਗਿਆ ਸੀ ਗੁਰੂ ਰੰਧਾਵਾ ਵੱਲੋਂ ਤੇ ਉੱਥੇ ਇਸ ਮੂਵੀ ਦੇ ਕੰਟੈਂਟ ਅਤੇ ਸਟੋਰੀ ਲਾਈਨ ਨੂੰ ਸਾਰਿਆਂ ਵੱਲੋਂ ਖੂਬ ਐਪਰੀਸ਼ੀਏਟ ਵੀ ਕੀਤਾ ਗਿਆ ਸੀ ਤੇ ਰਣਜੀਤ ਬਾਵਾ ਦੀ ਐਕਟਿੰਗ ਨੂੰ ਵੀ ਸਾਰਿਆਂ ਨੇ ਇਸ ਮੂਵੀ ਵਿੱਚ ਖੂਬ ਇੰਜੋਏ ਕੀਤਾ ਸੀ। ਤੇ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਰਣਜੀਤ ਬਾਵਾ ਸ਼ੂਟ ਕਰ ਰਹੇ ਨੇ ਆਪਣੀ ਆਉਣ ਵਾਲੀ ਨਵੀਂ ਮੂਵੀ ਜਿਸ ਦਾ ਟਾਈਟਲ ਹੈ ਮੈਨ ਇਨ ਬਲੈਕ ਕਾਲੇ ਕੱਛਿਆਂ ਵਾਲੇ। ਜੀ ਹਾਂ, ਇਸ ਮੂਵੀ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਗਿੱਪੀ ਗਰੇਵਾਲ। ਸੋ ਮੈਂ ਤਾਂ ਬਹੁਤ ਐਕਸਾਈਟਿਡ ਹੋ ਚੁੱਕੀ ਹਾਂ ਰਣਜੀਤ ਬਾਵਾ ਨੂੰ ਇਸ ਮੂਵੀ ਵਿੱਚ ਦੇਖਣ ਲਈ ਤੇ ਜਾਣਨ ਲਈ ਕਿ ਇਸ ਮੂਵੀ ਵਿੱਚ ਸਾਨੂੰ ਕੀ ਕੁਝ ਦੇਖਣ ਨੂੰ ਮਿਲਣ ਵਾਲਾ ਹੈ। ਇਥੇ ਹੁਣ ਜੇ ਆਪਾਂ ਗੱਲ ਕਰੀਏ ਰਣਜੀਤ ਬਾਵਾ ਦੇ, ਰੀਸੈਂਟਲੀ ਅਸੀਂ ਉਹਨਾਂ ਦਾ ਗਾਣਾ ਸੁਣਿਆ ਸੀ ਵੈਲੀ ਤੇਰਾ ਯਾਰ ਤੇ ਉੱਥੇ ਉਹਨਾਂ ਦਾ ਇੱਕ ਗਾਣਾ ਲੀਕ ਵੀ ਹੋਇਆ ਸੀ ਜਿਸ ਗਾਣੇ ਦਾ ਟਾਈਟਲ ਸੀ ਅਪਰੋਚ। ਅਪਰੋਚ ਦੀ ਤੇ ਹਾਲੇ ਤੱਕ ਉਹਨਾਂ ਨੇ ਸਾਡੇ ਨਾਲ ਲਿਰਿਕਲ ਵੀਡੀਓ ਹੀ ਰਿਲੀਜ਼ ਕੀਤੀ ਹੈ, ਬਾਕੀ ਮੈਨੂੰ ਪੂਰੀ ਉਮੀਦ ਹੈ ਕਿ ਉਹ ਅਪਰੋਚ ਦੀ ਫੁੱਲ ਵੀਡੀਓ ਵੀ ਸਾਡੇ ਨਾਲ ਜਲਦ ਹੀ ਸ਼ੇਅਰ ਕਰ ਦੇਣਗੇ। ਬਾਕੀ ਮੈਂ ਤਾਂ ਹੁਣ ਬਹੁਤ ਐਕਸਾਈਟਿਡ ਹੋ ਗਈ ਹਾਂ ਮਾਹੀਆ ਗਾਣੇ ਨੂੰ ਸੁਣਨ ਲਈ ਤੇ ਉੱਥੇ ਹੀ ਇਸ ਗਾਣੇ ਦੀ ਵੀਡੀਓ ਨੂੰ ਦੇਖਣ ਲਈ। ਤੁਸੀਂ ਕਿੰਨੇ ਐਕਸਾਈਟਿਡ ਹੋ ਗਏ ਹੋ ਇੱਕ ਵਾਰ ਫਿਰ ਤੋਂ ਰਣਜੀਤ ਬਾਵਾ ਦੀ ਆਵਾਜ਼ ਵਿੱਚ ਇੱਕ ਫੋਕ ਗੀਤ ਨੂੰ ਸੁਣਨ ਲਈ? ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਤੇ ਇੰਟਰਸਟਿੰਗ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com। ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰੋਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।